बीबी जगीर कौर ने आज जलंधर में एक प्रेस वार्ता की। इस दौरान उन्होंने कहा कि सुखपाल सिंह खैरा शुरू से लेकर अब तक गुरदेव सिंह देवी को नशा तस्करी के मामले में जेल है के काफी नजदीक है। इनके आपस में पारिवारिक संबंध है। देवी को 20 साल की सजा हुई है। जब देवी पकड़ा गया तब खैरा और देवी के बीच 65 काल हुई। इसके अलावा और लोगों से बात हुई। कांग्रेस सरकार आज भी खैरा को विचार रही है। खैरा के विदेश में भी कई जगह पर नशा तस्करी के साथ संबंध है। पंजाब में विरोधी पक्ष के नेता ही नशे के किंग पिन है। बीबी ने सुखपाल खैरा के इस्तीफे की मांग की। उन्होंने कहा सुखपाल खैरा जो हर नेता को छोटी से छोटी बात पर नैतिकता के तौर पर इस्तीफे की मांग करता है, अब खुद इस्तीफा क्यों नहीं देता। ब्यूरो फिर अचानक न्यूज जलंधर। केजरीवाल दी आप पार्टी दा अपने आप नूं बहुत सीनियर नेता कहिंदा है ते जेड़ी पार्टी केजरीवाल दी है उन्ने इलेक्शन लड़ी सी के पंजाब दे विच असीं ड्रग्स दी लड़ाई लड़ रहे हैं। पर अफसोस है कि अज ड्रग्स दा सरगना जेड़ा किंग पिन जेड़ा ओ अपोजिशन दा लीडर बनया होया। मैं इस करके कह रही हूं क्योंकि मैं होर गल नहीं करनी। सबूत है कि जेड़े व्यक्ति साढ़े इलाके का गुरदेव सिंह देवी साबका चेयरमैन मार्केट कमेटी इस केस विच फड़िया गया सी 2 किलो हैरोइन 24 तोले 24 बिस्कुट जड़े सोने दे 2 सिम्मा विदेशी 2 जड़े अपने हथियार बाहर ले ਇਹ ਸਾਰੀਆਂ ਚੀਜ਼ਾਂ ਜਿਹੜੀਆਂ ਫੜੀਆਂ ਗਈਆਂ ਸੀ ਪਾਕਿਸਤਾਨ ਨਾਲ ਸੰਬੰਧਿਤ। ਉਹ ਸਰਗਣਾ ਜਿਹੜਾ ਗੁਰਦੇਵ ਸਿੰਘ ਦੇਵੀ ਪੁੱਤਰ ਸ਼ਿਵ ਸਿੰਘ ਉਹ ਇਹਦਾ ਖਾਸਮ ਖਾਸ ਜਿੱਦਾਂ ਧੀ ਪੁੱਤਰ ਕਰਦਾ ਹੁੰਦਾ ਉਸ ਤੋਂ ਵੀ ਵੱਧ ਪਿਆਰ ਹੈ ਉਹਨੂੰ ਕਰਦਾ। ਕਿਉਂਕਿ ਜਿਹੜਾ ਕਮਾਊ ਪੁੱਤ ਹੋਵੇ ਨਾ ਉਹ ਮਾਂ ਪਿਓ ਨੂੰ ਜ਼ਿਆਦਾ ਪਿਆਰਾ ਲੱਗਦਾ। ਉਹ ਕਮਾਊ ਪੁੱਤ ਸੀ ਔਰ ਇਹਦੇ ਸਿਰ ਤੇ ਕਰਦਾ ਸੀ, ਇਹ ਕਰਾਉਂਦਾ ਸੀ, ਇਹਨਾਂ ਦਾ ਖਾਣਾ ਪੀਣਾ ਸਾਂਝਾ, ਇਹਨਾਂ ਦੀਆਂ ਸਮਾਜੀ ਸਾਂਝਾਂ, ਇਹਨਾਂ ਦੀਆਂ ਸਿਆਸੀ ਤੌਰ 'ਤੇ ਸਾਂਝਾ, ਇਹਨਾਂ ਦੀਆਂ ਸਾਰੀਆਂ ਰਿਸ਼ਤੇਦਾਰੀਆਂ ਉਹ ਇਹਨਾਂ ਦੇ ਰਾਹੀਂ ਹੁੰਦੀਆਂ ਸਨ। ਔਰ ਜੋ ਵੀ ਕੰਮ ਹੁੰਦਾ ਸੀਗਾ, ਜਿੰਨਾ ਪੈਸਾ ਲੱਗਦਾ ਸੀ ਚੋਣਾਂ ਵਿੱਚ ਕੀ ਆਲੇ ਦੁਆਲੇ ਕੀ, ਇੱਥੋਂ ਤੱਕ ਗੁਰਦੁਆਰੇ ਮੱਥਾ ਵੀ ਟੇਕਣਾ ਹੋਵੇ ਨਾ ਤਾਂ ਦੇਵੀ ਜੇਬ 'ਚੋਂ ਕੱਢ ਕੇ ਇਹਨੂੰ ਦਿੰਦਾ ਸੀ। ਇੰਨਾ ਪੈਸੇ ਦੇ ਉੱਤੇ ਉਹਦਾ ਭਰੋਸਾ ਸੀਗਾ, ਇੰਨਾ ਇਕੱਠਾ ਕਰਕੇ ਦਿੱਤਾ। ਸੋ ਉਸ ਵਿਅਕਤੀ ਨੂੰ ਇਹਨੇ ਪਾਲਿਆ, ਆਪਣੇ ਨਾਲ ਰੱਖਿਆ ਅਤੇ ਜਦੋਂ ਉਹ ਲਗਾਤਾਰ ਬੜੇ ਲੰਬੇ ਸਮੇਂ ਤੋਂ ਦੇਵੀ ਜਿਹੜਾ ਸੀ ਗੁਰਦੇਵ ਸਿੰਘ ਦੇਵੀ ਉਹ ਇਹਦੇ ਸਿਰ ਤੇ ਉੱਤੇ ਕੰਮ ਕਰਦਾ ਆ ਰਿਹਾ ਸੀ। ਤੁਸੀਂ ਇੱਕ ਵੀਡੀਓ ਦੇਖੀ ਹੋਏਗੀ ਕਿ ਖੇਡਾਂ ਹੋਈਆਂ ਉੱਥੇ, ਉਹ ਸਰਪੰਚ ਸੀ, ਉਹਨੇ ਖੇਡਾਂ ਕਰਾਈਆਂ, ਮਾਰਕੀਟ ਕਮੇਟੀ ਦਾ ਚੇਅਰਮੈਨ ਸੀ ਅਤੇ ਜਦੋਂ ਸਰਦਾਰ ਸੁਖਪਾਲ ਸਿੰਘ ਖਹਿਰਾ ਗਏ ਦੂਜੇ ਪਾਸੇ ਜਿਹੜਾ ਗੈਂਗ ਸੀ ਉਹ ਗੈਂਗ ਤਾਰਾ ਮਠੱਡਾ ਉਹਦੇ ਨਾਲ ਹੈ ਜਿਹੜਾ ਅੱਜ ਭਗੌੜਾ ਹੈ ਫਤਿਹਗੜ੍ਹ ਸਾਹਿਬ ਭੋਲੇ ਦੇ ਨਾਲ ਉਹਦਾ ਕੇਸ ਦਰਜ ਹੋਏ ਆ, ਉਹ ਭਗੌੜਾ ਅਤੇ ਉਸ ਭਗੌੜੇ ਦੇ ਨਾਲ ਵੀ ਇਹਦੀ ਸਾਂਝ ਸੀ। ਉਹ ਤਾਰਾ ਮਠੱਡਾ ਅਤੇ ਇਹ ਦੇਵੀ ਸੁਖਪਾਲ ਸਿੰਘ ਖਹਿਰਾ ਇਕੱਠੇ ਹੀ ਕੰਮ ਕਰਦੇ ਸੀ, ਇਹਦੀ ਸ਼ਹਿ ਤੇ ਕਰਦੇ ਸੀ, ਇਹ ਕਰਾਉਂਦਾ ਸੀ ਲੋਕਾਂ ਨੂੰ, ਇਹ ਸੁੱਚਿਆਂ ਨੂੰ ਪਾਠ ਪੜਾਉਂਦਾ ਹੁੰਦਾ ਸੀ ਕਿ ਨੈਤਿਕਤਾ ਅਸਤੀਫਾ ਦਿਓ, ਨੈਤਿਕਤਾ ਦੇ ਆਧਾਰ ਤੇ ਆਪਣੀ ਪੋਸਟ ਛੱਡੋ ਤੇ ਜੇ ਇਹਦੇ 'ਚ ਕੋਈ ਹੈ ਜ਼ਮੀਰ, ਜੇ ਹੈ ਨੈਤਿਕਤਾ ਤੇ ਅੱਜ ਇਸ ਨੂੰ ਆਪਣਾ ਅਸਤੀਫਾ ਦੇ ਕੇ ਲੋਕਾਂ ਦੀ ਕਚਹਿਰੀ ਵਿੱਚ ਤੇ ਕੋਰਟ ਵਿੱਚ ਜਾ ਕੇ ਆਪਣਾ ਜਵਾਬ ਦੇਣਾ ਚਾਹੀਦਾ।